ਇਹ ਖਾਸ ਬਰੀਡਾਂ ਹੁੰਦੀਆਂ ਜਿਸ ਦੀਆਂ ਰਾਈਟ ਸਾਈਡ ਤੇ ਜ਼ਿਆਦਾ ਹੁੰਦੀਆਂ ਹਨ। ਦੋਸਤੋ ਜੀ ਮੈਂ ਇੰਜੋਏ ਕਰ ਰਹੀ ਹਾਂ, ਚੜੀ ਹੋਈ ਹੈ, ਦੇ ਦੇਸੋ ਮੈਂ ਨਾ ਹੰਜੇ ਦੇ ਛੜਨਾ ਮਤਲਬ 0300 ਪੂਰਾ ਕਰਾਨਾ। ਵੀਡੀਓ ਕੈਸੀ ਲੱਗੀ ਭਾਈਆਂ ਦੇ ਰੇਟ ਕੈਸੇ ਲੱਗੇ ਨੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਦੋਸਤੋ, ਮੇਰਾ ਨਾਮ ਹੈ ਮੁਹੰਮਦ ਰਮਜ਼ਾਨ ਔਰ ਆਪ ਭਾਈ ਦੇਖ ਰਹੇ ਹੈ ਪੀਕੇ ਜਾਨਵਰ ਮੰਡੀ ਔਰ ਬਿਸਮਿਲ੍ਲਾ ਬੈਸਟ ਯੂਟਿਊਬ ਚੈਨਲ ਪੇ ਵੀਡੀਓ। ਦੋਸਤੋ ਜੀ ਬਹੁਤ ਹੀ ਟਾਪ ਕਲਾਸ ਕੀ ਵੀਡੀਓ ਲੈ ਕੇ ਆਪ ਭਾਈਓਂ ਕੇ ਸਾਹਮਣੇ ਹਾਜ਼ਰ ਹੂੰ। ਦੋਸਤੋ ਜੀ ਆਜ ਕੀ ਵੀਡੀਓ ਜੋ ਹੈ ਬਹੁਤ ਹੀ ਨਯਾਬ ਕਿਸਮ ਕੀ ਹੈ। ਮੇਰੀ ਹਰ ਦਿਨ ਮੈਂ ਹਰ ਵੀਡੀਓ ਮੈਂ ਜ਼ਰੂਰ ਇਹ ਕਹਿ ਦੇਤਾ ਹੂੰ ਕਿ ਕੋਸ਼ਿਸ਼ ਹੋਤੀ ਹੈ ਕਿ ਅੱਛੇ ਸੇ ਅੱਛਾ ਫਾਰਮ ਵਿਜ਼ਿਟ ਕੀਆ ਜਾਏ, ਮੁਨਾਸਿਬ ਰੇਟੋਂ ਕਾ ਜੋ ਫਾਰਮ ਹੋ, ਵੱਛੀਆਂ ਵੀ ਅੱਛੀਆਂ ਹੋਂ। ਵੱਛੀਓਂ ਕੀ ਸਪੈਸ਼ਲ ਵੀਡੀਓ ਹੈ ਜੋ ਵੱਛੀਓਂ ਕੇ ਸ਼ੌਕੀਨ ਹੈ, ਇੰਪੋਰਟਡ ਮੈਂ ਔਰ ਹਲਕੀ ਫੁਲਕੀ ਟਚਿੰਗ ਮੈਂ ਲੈਣਾ ਚਾਹਤੇ ਹੈ ਔਰ ਚਾਹਤੇ ਹੈ ਕਿ ਰੇਟ ਵੀ ਹਮੇ ਬਿਲਕੁਲ ਮੁਨਾਸਿਬ ਔਰ ਕਮ ਪ੍ਰਾਈਸ ਮਿਲੇ। ਤੋ ਆਜ ਕੀ ਵੀਡੀਓ ਖਾਸ ਉਨਕੇ ਲਈ ਹੋਣੇ ਵਾਲੀ ਹੈ, ਬਹੁਤ ਹੀ ਰਿਕਾਰਡ ਤੋੜ ਵੀਡੀਓ ਹੈ, ਰੇਟ ਪ੍ਰਾਈਸ ਇੰਤਹਾਈ ਕਮ ਬਜਟ ਵਾਲੇ ਭਾਈ ਉਨਕੇ ਲਈ ਮਾਸ਼ਾ ਲੱਗਣੇ ਵਾਲੇ, ਬੜੀ ਬਛੜੀਆਂ ਫੁੱਲ ਤਿਆਰ ਜੋ ਕਿ ਜਾਤੇ ਸਾਥ ਹੀ ਜਨਾਬ ਸਿਮਨ ਲੱਗਣੇ ਵਾਲਾ ਹੈ। ਆਜ ਕੀ ਵੀਡੀਓ ਕੀ ਨਿਊ ਫਾਰਮਰ ਹੈ ਆਪਕੋ ਜਨਾਬ ਸਾਰੀ ਡਿਟੇਲ ਦੇਂਗੇ, ਨਾਮ ਪੁੱਛੇਂਗੇ, ਉਸਕੇ ਇਲਾਵਾ ਸਭਸੇ ਬਿਹਤਰ ਤਰੀਕਾ ਪਰਚੇਜ਼ ਕਰਨੇ ਕਾ। ਹਰ ਵੀਡੀਓ ਮੈਂ ਆਪ ਭਾਈਓਂ ਕੋ ਰਿਕੁਐਸਟ ਕਰਤਾ ਹੂੰ ਕਿ ਖੁਦ ਆਏ ਜਾਨਵਰ, ਆਪ ਸਿਲੈਕਟ ਕਰੇਂ। ਜੇ ਬੈਕਗ੍ਰਾਉਂਡ ਪੇ ਜਰਸੀ ਮੈਂ ਲੈਣਾ ਚਾਹਤੇ ਹਾਂ ਵੋ ਵੀ ਮਿਲੇਗੀ, ਹੋਲਸਟੀਨ ਫ੍ਰੀਜ਼ੀਅਨ ਐਚਾ ਬਰੀਡ, ਤਕਰੀਬਨ ਹਰ ਬਰੀਡ ਕਾ ਆਪਕੋ ਸ਼ੌਕ ਜਨਾਬ ਆਜ ਕੀ ਵੀਡੀਓ ਮੈਂ ਕਰਵਾਇਆ ਜਾਏਗਾ। 15-16 ਬਛੜੀਓਂ ਕੀ ਲਾਟ ਹੈ ਔਰ ਫੁੱਲ ਤਿਆਰ ਹੈ। ਬਾਕੀ ਲੋਕੇਸ਼ਨ ਵੀ ਪੁੱਛ ਲੈਤੇ ਹੈ, ਆਪਕੋ ਨਾਮ ਵੀ ਬਤਾਤੇ ਹੈ। ਯੇ ਕਿਸਮ ਕਾ ਐਲਾਨ ਹੋਤਾ ਹੈ ਕਿ ਫਲਾਂ ਜਗ੍ਹਾ ਪੇ ਫਲਾਂ ਫਾਰਮ ਪੇ ਜਾਨਵਰ ਖੜੇ ਹੈ। ਬਾਕੀ ਫਾਰਮਰ ਕੀ ਵੀ ਰਿਕੁਐਸਟ ਹੋਤੀ ਹੈ, ਮੈਂ ਵੀ ਰਿਕੁਐਸਟ ਕਰਤਾ ਹੂੰ ਖੁਦ ਆਏ ਔਰ ਜਾਨਵਰ ਤਸੱਲੀ ਸੇ ਦੇਖ ਕੇ ਬਾਕੀ ਆਪ ਪਰਚੇਜ਼ ਕਰੇਂ ਔਰ ਆਜ ਕੀ ਵੀਡੀਓ ਕੀ ਡਿਟੇਲ ਵੀ ਲੈਤੇ ਹੈਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਸਰ, ਕੀ ਹਾਲ ਚਾਲ ਹੈ? ਠੀਕ ਹੋ ਜੀ? ਠੀਕ ਠਾਕ ਵਾਲੇਕੁਮ, ਮਿਜ਼ਾਜ ਠੀਕ ਹੈ? ਅੱਲਾ ਦਾ ਸ਼ੁਕਰ ਜੀ। ਆਪਣਾ ਇੱਕ ਤਾਂ ਜਿਹੜੀ ਸਾਡੀ ਆਡੀਅנס ਵੀਡੀਓ ਵੇਖ ਰਹੀ, ਥੋੜਾ ਜਿਹਾ ਆ ਜਾਓ ਜੀ ਜੀ, ਨਾਲ ਆਪਣਾ ਨਾਂ ਦੱਸ ਦਿਓ। ਮੇਰੇ ਨਾਮ ਸਰ ਲਿਆਕਤ ਅਲੀ ਹਰਲ ਹੈ, ਠੀਕ ਹੈ, ਮਟੀਲਾ ਸਾਡਾ ਪਿੰਡ ਹੈ। ਆਪਣਾ ਲੋਕੇਸ਼ਨ? ਲੋਕੇਸ਼ਨ ਹਮਾਰੀ ਜੋ ਹੈ ਵੋ ਜ਼ਿਲ੍ਹਾ ਸਰਗੋਧਾ ਕੇ ਅੰਦਰ ਮਟੀਲਾ ਮੇਂ ਹੈ, ਠੀਕ ਹੈ। ਮੋਟਰਵੇ ਕੀ ਇੰਟਰਚੇਂਜ ਹਮੇ ਦੋ ਲਗਤੀ ਹੈ, ਸਿਆਲ ਮੋੜ ਇੰਟਰਚੇਂਜ ਸੇ ਅਗਰ ਆਪ ਕੋਈ ਭਾਈ ਆਨਾ ਚਾਹੇ, ਠੀਕ ਹੈ, ਤੋ ਵੋ ਬਾਗਟਾ ਵਾਲਾ ਮੇਂ ਆ ਕੇ ਯਹਾਂ ਸੇ ਲਿੰਕ ਰੋਡ ਜੋ ਕੋਟ ਮੋਮਨ ਨਿਕਲਤਾ ਹੈ, ਠੀਕ ਹੈ, ਆਧਾ ਕਿਲੋਮੀਟਰ ਵੀ ਨਹੀਂ, ਇੱਕ ਫਰਲਾਂਗ ਕੇ ਫਾਸਲੇ ਪਰ ਨਹਿਰ ਹੈ, ਨਹਿਰ ਕੀ ਬਿਲਕੁਲ ਬਰ ਲਬੇ ਨਹਿਰ, ਠੀਕ ਹੈ, ਯੇ ਹਮਾਰੀ ਲੋਕੇਸ਼ਨ ਹੈ, ਠੀਕ ਹੈ। ਔਰ ਅਗਰ ਕੋਈ ਭਾਈ ਕੋਟ ਮੋਮਨ ਸੇ ਆਨਾ ਚਾਹਤਾ ਹੈ ਭਾਈ ਜਾਨ, ਸਹੀ ਹੈ, ਤੋ ਕੋਟ ਮੋਮਨ ਮੇਂ ਉਤਰੇਗਾ ਇੰਟਰਚੇਂਜ ਸੇ, ਤੋ ਵਹਾਂ ਸੇ ਕੋਟ ਮੋਮਨ ਸੇ ਚੌਕੀ ਬਾਗਟ ਰੋਡ ਪੇ ਆਏਗਾ, ਤੋ ਯੇ ਸਾਥ ਹੀ ਹਮਾਰਾ ਗਾਉਂ ਹੈ ਮਟੀਲਾ। ਮਤਲਬ ਕੋਟ ਮੋਮਨ ਸੇ ਤਕਰੀਬਨ 14-15 ਕਿਲੋਮੀਟਰ ਪਾਸ, ਕੋਟ ਮੋਮਨ ਸੇ ਯੇ ਹੈ 12 ਕਿਲੋਮੀਟਰ, 12 ਕਿਲੋਮੀਟਰ, ਔਰ ਯੇ ਸਿਆਲ ਮੋੜ ਇੰਟਰਚੇਂਜ ਸੇ ਵੀ ਤਕਰੀਬਨ 13-14 ਕਿਲੋਮੀਟਰ, 13-14 ਕਿਲੋਮੀਟਰ, ਯਹਾਂ ਯੇ ਤਕਰੀਬਨ 1 ਕਿਲੋਮੀਟਰ ਪੇ ਲਾਹੌਰ ਰੋਡ ਹੈ ਜੀ, ਠੀਕ ਹੈ, ਲਾਹੌਰ ਰੋਡ ਸੇ ਹਮ 2 ਫਰਲਾਂਗ ਕੇ ਫਾਸਲੇ, ਵੈਰੀ ਗੁੱਡ, ਨਹਿਰ ਕੇ ਬਰ ਲੱਭ ਪੇ ਹਮਨੇ ਬਣਾਇਆ ਹੈ ਤਾਂਕਿ ਯੇ ਹਮਾਰਾ ਮਾਲ ਫਰੈਸ਼ ਰਹੇ, ਬਿਲਕੁਲ, ਔਰ ਫਸਲੋਂ ਕੇ ਦਰਮਿਆਨ ਮੇਂ ਹਮਨੇ ਇਸਕੋ ਮਟੀਲਾ ਡੈਰੀ ਫਾਰਮ ਕੋ ਐਸਟੈਬਲਿਸ਼ ਕੀਆ ਹੈ, ਮਾਸ਼ਾਅੱਲਾ, ਤਾਂਕਿ ਇਨਕੋ ਕਿਸੇ ਕਿਸਮ ਕੀ ਪਰੇਸ਼ਾਨੀ ਨਾ ਹੋ, ਬਿਲਕੁਲ, ਆਨੇ ਵਾਲੇ ਬੰਦੋਂ ਕੋ ਲਈ ਵੀ ਆਸਾਨ ਹੈ ਕਿ ਮੇਨ ਰੋਡ, ਬਿਲਕੁਲ, ਯੇ ਮੇਨ ਰੋਡ ਹੈ ਸਾਥ, ਔਰ ਜਬ ਚੌਕੀ ਬਾਗਟ ਸੇ ਨਿਕਲੇਂਗੇ ਤੋ ਯੇ 69 ਪੁਲ ਵਾਲੀ ਨਹਿਰ ਹੈ, ਠੀਕ ਹੈ, ਇਸ ਕੇ ਉੱਪਰ ਜਨਾਬ ਨਜ਼ਰ ਆ ਰਹਾ ਹੈ ਸਾਹਮਣੇ, ਇੰਟਰਚੇਂਜ ਵੀ ਨਜ਼ਦੀਕ, ਇੰਟਰਚੇਂਜ ਵੀ ਨਜ਼ਦੀਕ। ਅੱਛਾ ਸਰ, ਆਜ ਕੀ ਵੀਡੀਓ ਮੇਂ ਕੈਸੇ ਰੇਟ ਲਗਾਏਂਗੇ? ਮਤਲਬ ਜੋ ਫਾਰਮਰ ਹਮਾਰੇ ਭਾਈ ਵੀਡੀਓ ਦੇਖ ਰਹੇ ਹੈ, ਕੁਝ ਵਪਾਰੀ ਵੀ ਵੀਡੀਓ ਦੇਖ ਰਹੇ ਹੋ, ਜੀ ਬਿਲਕੁਲ ਭਾਈ, ਕੋਈ ਵਪਾਰੀ ਅਗਰ ਮਤਲਬ ਇਸ ਤਰ੍ਹਾਂ ਕੇ ਰੇਟ ਲਗਾਣਾ ਹੈ, ਕੋ ਵਪਾਰੀ ਲੈਣਾ ਚਾਹੇ, ਖੁਦ ਕਾਰੋਬਾਰ ਕਰਨਾ ਚਾਹੇ ਆਗੇ, ਜਾਂ ਇਕੱਠਾ ਕੋ ਫਾਰਮ ਬਣਾਉਣਾ ਚਾਹੇ, ਇਸ ਤਰ੍ਹਾਂ ਕੀ ਕੋਈ ਰੇਟ ਆਪਣੇ ਭਾਈ ਜਾਨ? ਹਮ ਬੇਸਿਕਲੀ ਜ਼ਿਮੀਦਾਰ ਫੈਮਿਲੀ ਸੇ ਜੀ, ਬਾਈ ਬਰਥ, ਮਾਸ਼ਾਅੱਲਾ, ਔਰ ਹਮ ਇਨ ਚੀਜ਼ੋਂ ਕੋ ਸਮਝਤੇ ਹੈ, ਬਿਲਕੁਲ, ਅਗਰ ਰਾਸਤੀ ਕਾਮ ਹੈ, ਯੇ ਕੋ ਹਮਾਰੇ ਲਈ ਨਿਆ ਕਾਮ ਨਹੀਂ ਹੈ, ਹਮ ਮਤਲਬ ਬੜੇ ਪਲੇ ਹੀ ਇਨੀ ਜਗ੍ਹਾ ਪੇ, ਇਸੀ ਕਾਮ ਮੇਂ ਬੜੇ ਪਲੇ ਹੈ, ਬੜੇ ਹੋਏ ਆਪ, 45-50 ਉਮਰ ਹੋ ਗਈ ਹੈ, ਕੋਈ ਹਮਾਰਾ ਭਾਈ ਨਿਆ ਬਿਜ਼ਨਸ ਕਰਨਾ ਚਾਹਤਾ ਹੈ, ਤੋ ਉਸਕੇ ਲਈ ਹਮਾਰੀ ਬਹੁਤ ਜ਼ਿਆਦਾ ਬੈਸਟ ਆਫਰ ਹੋਗੀ।
ताकि हम उसको सपोर्ट कर सके। वीडियो में बताएंगे या जो रब्ता कर ले जी, वीडियो में नंबर भी होगा व्हाट्सएप, वो हमसे रब्ता कर लेगा खुद भी। कोई दोस्त हमारा हमारा फुल फुल फ्लज प्रोग्राम है, तो कोई एक लेना चाहता है, कोई 20 लेना चाहता है, कोई 5 लेना चाहता है, कोई 4 लेना चाहता है, हमारी कोई पाबंदी नहीं। ऑर्डर पे भी कोई बगैर बुकिंग, कोई ऑर्डर पे ऑनलाइन बुकिंग करेगा इंशाल्लाह, ये हमारा दावा है कि हम उसके मियार पे पूरा उतरेंगे माशाल्लाह। अल्लाह ताला ने हमें हिम्मत दी है, हमने अपना फार्म एस्टेब्लिश किया है माशाल्लाह। हम ऑलरेडी इस फार्म के सिस्टम में 16 मई से रन कर रहे थे, लेकिन अब हमने परमानेंट अपने आप को एक नाम दिया माशाल्लाह, मटेला डेयरी फार्म। ठीक है, ਜਿਹੜੇ ਰੇਟ ਨੇ ਸਰ, ਤਕਰੀਬਨ ਪੰਜਾਬੀ ਦੀ ਗੱਲ ਕਰਾਂਗੇ, ਸਾਡੇ ਪੰਜਾਬੀ ਭਾਈ ਵੀਡੀਓ ਵੇਖਦੇ ਪਏ ਨੇ, ਕਿੱਥੋਂ ਸਟਾਰਟਿੰਗ ਹੋ ਰਹੀ ਹੈ ਜਿਹੜੇ ਅੱਜ ਦੇ ਰੇਟ ਨੇ ਨਾ, ਮਾਰਕੀਟ ਇਹ ਮਾਰਕੀਟ ਨੂੰ ਛੱਡ ਦਿਓ, ਤੁਸੀਂ ਕਹੋਗੇ ਕਿ ਤੁਸੀਂ ਰੇਟ ਦਿੱਤੇ ਨੇ। ਅੱਛਾ, ਇਤਨੀ ਧਮਾਕੇਦਾਰ ਆਫਰ ਦੇਣੀ ਹੈ ਮਾਸ਼ਾਅੱਲਾ ਕਿ ਲੋਕ ਜਨਾਬ ਅਲੀ, ਅਸੀਂ ਉਹਨਾਂ ਨੂੰ ਵੈਲਕਮ ਵੀ ਕਰਾਂਗੇ, ਇੰਟਰਟੇਨਮੈਂਟ ਵੀ ਦੇਵਾਂਗੇ, ਸਾਡੇ ਕੋਲ ਰਹਿਣ ਬਹਿਣ ਦਾ ਮੁਕੰਮਲ ਨਿਜ਼ਾਮ ਹੈ, ਪੂਰਾ ਪੂਰੀ ਪੂਰੀ ਇੰਟਰਟੇਨਮੈਂਟ ਦੇ ਸਾਂ। ਠੀਕ ਹੋ ਗਿਆ, ਬੱਚੀਆਂ ਤੁਹਾਡੇ ਸਾਹਮਣੇ ਨਿਫਰਾਂ ਜੀ, ਬਿਲਕੁਲ ਇਨਸ਼ਾਅੱਲਾ ਕੁਆਲਿਟੀ ਦਾ ਮਾਲ, ਬਿਲਕੁਲ ਸੀਮਨ ਵਾਸਤੇ ਰੈਡੀ। ਠੀਕ ਹੈ, ਇਹ 4-5 ਦਿਨ ਦੇ ਅੰਦਰ ਜਨਾਬ ਅਲੀ ਇਹ ਬਿਸ਼ਾਕ ਨੂੰ ਸੀਮਨ ਰੱਖਦੇ ਸਾਥ, ਮਤਲਬ ਲਵਾ ਲਵੇ, ਕੋਈ ਇੰਤਜ਼ਾਰ ਕਰਨ ਦੀ ਲੋੜ ਨਹੀਂ, ਕੋਈ ਇੰਤਜ਼ਾਰ ਦੀ ਲੋੜ ਨਹੀਂ। ਕੋਈ ਇੱਕ ਕੀਫਰ ਵੀ ਸਾਨੂੰ ਕੋਈ ਬੰਦਾ ਕਹਿ ਦੇਵੇ ਕਿ ਛੋਟੀ ਏ ਜਾਂ ਮੋਨੀ ਨਹੀਂ, ਜਨਮਨ ਮੋਨੀਆ ਹਿਫਰਨ, ਤੁਸੀਂ ਚੈੱਕ ਕਰਾ ਸਕਦੇ ਹੋ ਵਿਖਾ ਛੋਰਾ ਵਿਊ ਦੇ ਕੇ, ਥੋੜਾ ਜਿਹਾ ਇਹ ਵਿਖਾ ਪਰਮਾਤਮਾ ਦੀ ਆ, ਵੇਖ ਵੀ ਜਿਹੜਾ ਸੰਤਾਜ ਬਣਿਆ ਹੋਇਆ ਕਿ ਨਹੀਂ ਮਾਸ਼ਾਅੱਲਾ। ਰਮਜ਼ਾਨ ਭਾਈ ਬੱਚੀ ਦਾ ਤਾਜ ਚੈੱਕ ਕਰੋ, ਕੋਈ ਬੰਦਾ ਆਖੇ ਵਸੇਂ ਕੱਟੇ ਹੋ ਮਾਸ਼ਾਅੱਲਾ, ਨਾ ਨਾ ਨਾ, ਕਾਲੇ ਗੁੱਲੇ ਦੋਸਤੋ ਜੀ, ਮੈਂ ਨਾ ਗੁੱਲੇ ਵੇਖੋ ਜੀ, ਕਾਲੇ ਬਿਲਕੁਲ ਕਾਲੇ ਪਿਓਰ ਆ ਬਿਲਕੁਲ, ਔਰ ਵੇਖ ਲਓ ਜਨਾਬ ਤਾਜ ਇਹਦੇ ਤੇ ਮੌਜੂਦ ਹੈ, ਕੋਈ ਸਿੰਘ ਦਾ ਨਿਸ਼ਾਨ ਨਹੀਂ, ਬਰੀਕ ਚਮੜੀ, ਬਰੀਕ ਚਮੜੀ ਮਾਸ਼ਾਅੱਲਾ, ਖੂਬਸੂਰਤ ਮਾਲ ਫੁੱਲ ਹਾਈਟ। ਠੀਕ ਹੈ, ਲਿਆਕਤ ਨਾਂ ਦੱਸਿਆ ਨੇ, ਲਿਆਕਤ ਭਾਈ ਮਾਸ਼ਾਅੱਲਾ। ਦੋਸਤੋ ਜੀ, ਬੀਟ ਮੈਂ ਇੱਕ ਇੱਕ ਫੋਕਸ ਕਰਾਂਗਾ, ਤੁਹਾਨੂੰ ਇੱਕ ਇੱਕ ਦਾਣਾ ਚੈੱਕ ਕਰਾਉਣਾ ਹੈ, ਕੈਮਰਾ ਉਸ ਤੇ ਲਾ ਕੇ ਤਸੱਲੀ ਨਾਲ ਇਨਸ਼ਾਅੱਲਾ ਜਾਨਵਰ ਚੈੱਕ ਕਰਾਉਣੇ ਨੇ। ਜਿਸ ਭਾਈ ਨੇ 5 ਚਾਹੀਦੀਆਂ, 1 ਚਾਹੀਦੀ ਹੈ, ਜਿਹੜਾ ਵੀ ਰੇਟ ਲੱਗੇਗਾ ਉਹਦੇ ਚ ਓਪਨ ਸਿਲੈਕਸ਼ਨ ਹੈ, ਓਪਨ ਹੈ, ਓਪਨ ਸਿਲੈਕਸ਼ਨ ਵੀ ਹੈ ਤੇ ਕੁਝ ਭਾਈਆਂ ਵਾਸਤੇ ਲਾਟ ਰੇਟ ਵੀ ਹੈ। ਜਿਤਨੀਆਂ 16 ਖੜੀਆਂ ਨਾ, ਅਗਰ ਇਕੱਠਾ ਹੀ ਕੋਈ ਲੈ 16 ਕੋਈ ਲੈ ਪੈਂਦਾ ਉਹ ਵੀ ਮੈਂ ਆਫਰ ਦੇਸਾਂ, ਠੀਕ ਹੈ, ਬੜੀ ਬੈਸਟ ਦਿਆਂਗਾ। ਠੀਕ ਹੋ ਗਿਆ, ਕੋਈ ਇਹਨਾਂ ਵਿੱਚੋਂ ਸਾਡਾ ਵਿਰਾਹ ਆ ਕੇ ਸਿਲੈਕਸ਼ਨ ਕਰਨਾ ਚਾਹੁੰਦਾ ਹੈ ਆਨਲਾਈਨ ਕਰ ਰਹੇ ਤਾਂ ਵੀ ਇੱਕ ਹੀ ਗੱਲ ਹੋਏਗੀ, ਇਨਸ਼ਾਅੱਲਾ ਦੇ ਮਿਆਰ ਤੇ ਪੂਰਾ ਉਤਰਾਂਗਾ, ਵੈਰੀ ਗੁੱਡ, ਤੇ ਜੇ ਵਿਜ਼ਿਟ ਕਰੇ ਤਾਂ ਸਾਨੂੰ ਖੁਸ਼ੀ ਹੋਏ। ਠੀਕ ਹੈ, ਖੀਰੀਆਂ ਤਕਰੀਬਨ ਇਸ ਲਾਟ ਇਹਦੇ ਵਿੱਚ ਭਾਈਜਾਨ ਇਹ 16 ਵਸੀਆਂ, ਇਹਦੇ ਵਿੱਚ 12 ਖੀਰੀਆਂ, ਠੀਕ ਹੈ, 4 ਇਹਦੇ ਵਿੱਚ ਦੁੰਦੀਆਂ, ਇਸ ਤੋਂ ਇਲਾਵਾ ਕੋਈ ਸ਼ਾਇਦ ਕਈ ਫਾਰਮਾਂ ਤੇ ਨਹੀਂ ਦੱਸਿਆ ਹੋਇਆ, ਨਹੀਂ ਨਾ ਨਹੀਂ ਦੱਸਿਆ, ਮੈਂ ਨਾ ਦੰਦ ਪਾੜ ਕੇ ਵੀ ਕਿਹਾ, ਦੰਦ ਪਾੜ ਕੇ ਦੋਸਤੋ ਜੀ, ਗੱਲ ਬੜੀ ਸੋਹਣੀ ਭਾਈ ਲਿਆਕਤ ਕੀਤੀ ਵੀ 4 ਦਾਣੇ ਇਹਨਾਂ ਸਾਰੀ ਲਾਟ ਜਿਤਨੇ 16 ਵਸੀਆਂ ਦੀ 16 ਵਸੀਆਂ ਦੀ ਲਾਟ ਹੈ, 4 ਦਾਣੇ ਐਸੇ ਨੇ ਜਿਹੜੀਆਂ 2 ਦੰਦ ਹੋ ਚੁੱਕੀਆਂ ਨੇ, ਖਰਾਬ ਆਉਣ ਜਾਣ ਦਾ ਕਿਰਾਇਆ ਵੀ ਦੇਵਾਂਗੇ, ਰੀਪਲੇਸ ਕਰਕੇ ਵੱਛੀ ਵੀ ਦੇਵਾਂਗੇ, ਨਾਲ ਜਨਾਬ ਅਲੀ ਉਹਦੀ ਮਾਜ਼ਰਤ ਵੀ ਕਰਾਂਗੇ, ਲੇਕਿਨ ਅਸਾਂ ਟੋਟਲ ਚੈੱਕ ਸ਼ੁਦਾ ਮਾਲ ਹੈ, ਡਾਕਟਰ ਪਾਸ ਕਰਕੇ ਅਸਾਂ ਚੈੱਕ ਕਰਕੇ ਉਮਰ ਜਿਹੜੀ ਉਹ 14 ਮਾਹ ਤੋਂ ਲੈ ਕੇ 18 ਮਾਹ 18 ਮਾਹ ਦੇ ਦਰਮਿਆਨ ਉਹ ਪ੍ਰੈਗਨੈਂਟ ਵਾਸਤੇ ਰੈਡੀ ਹੋ ਗਈ। ਠੀਕ ਹੋ ਗਿਆ, ਤੁਸੀਂ ਵੀ ਇਸ ਗੱਲ ਨੂੰ ਸਮਝ ਜੀ, ਬਿਲਕੁਲ ਇਹ ਗੱਲ ਹੈ।
ਇਸ ਦੇ ਵਿੱਚ ਹੁਣ ਇੰਜ ਜਿਹੜਾ ਵਿਰਾਸ ਸਾਡਾ ਕੋਈ ਇੱਕ ਅੱਧੀ ਵੱਛੀ ਲਈ ਸੀ ਮੇਰੇ ਕੋਲ ਆ ਪੈਂਦਾ ਜਾਂ ਆਨਲਾਈਨ ਮੈਨੂੰ ਉਹਦਾ ਫੋਟੋ ਕਰ ਦਿੰਦਾ ਸਕਰੀਨ ਸ਼ਾਟ ਭੇਜ ਦਿੰਦਾ ਇਹਨਾਂ ਦੇ ਨੰਬਰ ਲੱਗੇ ਹੁਣ ਟੈਗ ਸਾਡੀ ਸੀਰੀਅਲ ਇਸ ਦਫ਼ਾ 801 ਤੇ ਚੱਲ ਰਹੀ 800 ਸੇਲ ਹੋ ਚੁੱਕੀ ਹੈ 801 ਤੋਂ ਸੀਰੀਅਲ ਚੱਲੀ ਹੈ ਇਹਦੇ ਵਿੱਚ 804 ਨੰਬਰ ਸਪੈਸ਼ਲ ਬਿਰਾਵਾਂ ਦੀ 811 ਵੀ ਹੈ ਇਹਦੇ ਵਿੱਚ 815 ਵੀ ਹੈ 800 ਲੈ ਕੇ 816 ਤੱਕ ਸੀਰੀਅਲ ਹੈ ਇਹਦੇ ਵਿੱਚ ਜਿਹੜਾ ਵਿਰਾਸ ਜਿਹੜਾ ਨੰਬਰ ਟੈਗ ਕਰੇਗਾ ਸਲੈਕਟ ਕਰੇਗਾ ਜਿਹੜਾ ਸਲੈਕਟ ਕਰੇਗਾ ਮਤਲਬ ਉਹਦਾ ਆਪਸ਼ਨ ਇਹ ਹੈ ਉਹਨੂੰ ਮੈਂ 1,75,000 ਦੀ ਵੱਛੀ ਦੇ ਛੱਡਣੀ ਜ਼ਿੰਦਾਬਾਦ ਮਾਸ਼ਾਅੱਲਾ ਜੀ ਫੁੱਲ ਤਿਆਰ ਫੁੱਲ ਤਿਆਰ ਠੀਕ ਹੈ ਬੇਸ਼ੱਕ ਸੀਮਨ ਇੱਥੇ ਰੱਖ ਲਵੇ ਜਾਂ ਅੱਗੇ ਘਰ ਜਾ ਕੇ ਰੱਖੇ ਠੀਕ ਹੋ ਗਿਆ ਇੱਕ ਦੇ ਉੱਤੇ ਮੁਕੰਮਲ ਤਿਆਰ ਨੇ ਵੱਛੀ ਦਾ ਵੀ ਵੇਖੋ ਨਾ ਮਾਸ਼ਾਅੱਲਾ ਬਾਬਾ ਜੀ ਵੇਖੋ ਨਾ ਥੋੜਾ ਜਿਹਾ ਫੁੱਲ ਲਾਈਟ ਹੈ ਕੈਮਰਾ ਲੈ ਆ ਭਾਈ ਨਾ ਫੁੱਲ ਲਾਈਟ ਹੈ ਕੈਮਰਾ ਮੈਂ ਫਿਰ ਨੋਸ ਵੱਛੀ ਲਵੇ ਦੋ ਲਵੇ ਚਾਰ ਲਵੇ 16 ਲਵੇ ਸਲੈਕਸ਼ਨ ਰੇਟ 1,75,000 ਜੇ ਪੂਰੀ ਲਾਟ ਲਵੇ ਤੇ 1,65,000 ਦੀਆਂ ਸਾਰੀਆਂ ਦੇ ਛੱਡ ਜ਼ਿੰਦਾਬਾਦ ਮਾਸ਼ਾਅੱਲਾ ਲੰਮਾ ਚੌੜਾ ਕੰਮ ਹੀ ਕੋਈ ਨਹੀਂ ਘੱਟ ਤੋਂ ਘੱਟ ਛੋਟੀ ਤੋਂ ਛੋਟੀ ਬੱਚੀ ਕਿੰਨੇ ਦੀ ਜੀ ਛੋਟੀ ਤੋਂ ਛੋਟੀ ਰੁਪਈਆ 5,000 ਅੱਜ ਪਹਿਲੀ ਦਫਾ ਹੋਰ ਛੱਡ ਦੇ ਸਾਂ ਡੇਢ ਦੀ ਲੇਕਿਨ ਮਟੀਲਾ ਡੇਅਰੀ ਫਾਰਮ ਦੀ ਅੱਜ ਪਹਿਲੀ ਵੀਡੀਓ ਜਨਾਬ ਨੇ ਲਾਈ ਇਸ ਵਾਸਤੇ ਪੂਰੀਆਂ ਆਫਰਾਂ ਮਤਲਬ ਅੱਜ ਪਹਿਲੀ ਰਾਮਨ ਸ਼ੌਪ ਕਰਾਓ ਕੋਈ ਬਿਰਾ ਸਾਡੇ ਨਾਲ ਰਾਬਤਾ ਕਰਨਾ ਚਾਹੇ ਤੇ ਫੋਨ ਨੰਬਰ ਨੋਟ ਕਰ ਲਿਆ 0300 ਪੂਰਾ 60114402 ਠੀਕ ਹੈ ਦੂਜਾ ਨੰਬਰ 0300 ਪੂਰਾ 60154954 ਮੇਰਾ ਮੁਨੀਰ ਹਰਨ ਮੈਂ ਮਾਲਕ ਹਾਂ ਔਰ ਵੇਖੋ ਨਾ ਜ਼ਰਾ ਵਿਊ ਕਰੋ ਪੂਰੀ ਸਿਕਿਉਰਿਟੀ ਕੰਪਨੀ ਜਨਾਬ ਫਾਰਮ ਤੇ ਡਿਪਲਾਈ ਲੇਕਿਨ ਜ਼ਰੂਰ ਆਪਣੀ ਰਾਏ ਦਾ ਇਜ਼ਹਾਰ ਕਰਨਾ ਹੈ ਕਿ ਬਾਈ ਦੇ ਰੇਟ ਕੈਸੇ ਲੱਗੇ ਤੁਹਾਡੀ ਰਾਏ ਨਾਲ ਅੱਗਾ ਮਜ਼ੀਦ ਤਜਰਬਾ ਵੀ ਵਧਣਾ ਹੈ ਬ੍ਰਾਹਮਣ ਸ਼ੌਕ ਕਰਾਉਂਦੇ ਰਹੇ ਸਾਂ ਹਰ ਵੀਕ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਰਹੇ ਸਾਂ ਬੇਝਿਜਕ ਹੋ ਕੇ ਸਾਡੇ ਤੇ ਬਿਰਾਬ ਟਰਸਟ ਕਰ ਸਨ ਔਰ ਜਿਹੜੇ ਬਿਰਾਬ ਕਰਦੇ ਪਨ ਉਹਨਾਂ ਦੇ ਵੀ ਸ਼ੁਕਰ ਗੁਜ਼ਾਰ ਹਾਂ ਔਰ ਜਿਹੜੇ ਦੋਸਤ ਸਾਡੇ ਤੇ ਟਰਸਟ ਕਰਨ ਆਨਲਾਈਨ ਮੈਂ ਇਹਨਾਂ ਮੁਕੰਮਲ ਗਰੰਟੀ ਦੇ ਨਾਲ ਅਸੀਂ ਉਹਨੂੰ ਉਸ ਦੀ ਵੱਛੀ ਦਾ ਪੂਰੀ ਜਵਾਬਦਾਰੀ ਪ੍ਰੈਗਨੈਂਟ ਹੋਣ ਤੱਕ ਠੀਕ ਹੋ ਗਿਆ ਉਹਦੇ ਵਾਧਾ ਘਾਟਾ ਨਿਕਲਿਆ 3 ਮਹੀਨੇ ਬਾਅਦ ਵੀ ਲਿਆ ਜ਼ਿੰਦਾ ਪੱਛਿਆਂ ਦੇ ਪੈਸੇ ਵੀ ਦੇ ਜ਼ਿੰਦਾਬਾਦ ਜ਼ਿੰਦਾਬਾਦ ਮੈਂ ਨਾ ਮਨਾ ਛੋੜਿਆ ਨਹੀਂ ਮੈਂ ਇਹ ਗੱਲਾਂ ਕੋਈ ਨਹੀਂ ਕਿ ਕੋਈ ਬੰਦਾ ਮੈਂ ਅੰਨਾ ਜੀ ਨਾ ਇਹ ਡਿੱਡੂ ਜਿਹੜਾ ਹੁੰਦਾ ਨਾ ਮੈਂ ਅੰਨਾ ਜੀ ਡਿੱਡੂ ਬੰਦਾ ਸਾਫ ਹੋਵੇ ਨਾ ਬਿਲਕੁਲ ਭਾਈ ਰਮਜ਼ਾਨ ਤੇ ਅੰਦਰ ਮੁੜ ਫੋਟ ਹੁੰਦਾ ਹੀ ਫੋਟ ਹੁੰਦਾ ਹੀ ਉਹ ਡਰ ਕਿਸ ਚੀਜ਼ ਕਿਹੜੀ ਚੀਜ਼ ਦਾ ਮੁੜ ਸਰੋਲਾ ਕਿਹੜਾ ਮੁੜ ਖੋਲ ਕੇ ਗੱਲ ਖੁੱਲੀਆਂ ਤੇ ਖਰੀਆਂ ਗੱਲਾਂ ਇਸ ਮਟੀਲਾ ਡੇਰੀ ਫਾਰਮ ਤੇ ਤੁਹਾਨੂੰ ਖੁੱਲੀਆਂ ਤੇ ਸੱਚੀਆਂ ਤੇ ਖਰੀਆਂ ਗੱਲਾਂ ਬਾਕੀ ਦੋਸਤੋ ਜੀ ਭਾਈ ਲਿਆਕਤ ਬੜੀਆਂ ਖਰੀਆਂ ਸੱਚੀਆਂ ਗੱਲਾਂ ਕੀਤੀਆਂ ਨੇ ਮਾਸ਼ਾਅੱਲਾ ਜਿਵੇਂ ਦੇ ਜਾਨਵਰ ਉਹਨਾਂ ਦੇ ਹਿਸਾਬ ਨਾਲ ਅੱਜ ਦੇ ਜਾਨਵਰ ਤੇ ਰੇਟ ਜਿਹੜੇ ਨੇ ਉਹ ਬਿਲਕੁਲ ਚੱਲ 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 ਤਕਰੀਬਨ ਪੂਰੀ ਮਾਰਕੀਟ ਦੇ ਬਾਕੀ ਫੈਸਲਾ ਖੁਦ ਕਰਨਾ ਤੇ ਭਾਈਆਂ ਦੱਸਣਾ ਹੈ
ਤੇ ਕਮੈਂਟਸ ਪਿਆਰੇ ਪਿਆਰੇ ਕਰ ਰਹੇ ਨੇ ਕਿਤੇ ਕਿਤੋਂ ਸਾਡੇ ਬਾਈ ਵੀਡੀਓ ਵੇਖ ਰਹੇ ਜ਼ਰੂਰ ਦੱਸਣਾ ਹੈ ਤੇ ਬਾਈ ਲਿਆ ਕੇ ਟੈਂਡ ਕਰੀਏ ਜਾਨਵਰ ਚੈੱਕ ਕਰਾਈਏ ਜੀ ਜਾਨਵਰ ਚੈੱਕ ਕਰਾਓ ਤੇ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਬਾਈ ਮੇਰੇ ਕੋਲ ਬੇਸ ਨਾ ਹੋ ਜਾਵੇ ਜੀ ਜੀ ਇਹਦੇ ਵਿੱਚ ਨਾ ਕੋਈ 5-6 ਦਾਣੇ ਜਿਹੜੇ ਨਾ ਜੀ ਉਹਦੇ ਫਾਰਮ ਵਾਲਿਆਂ ਨੇ ਸਮਝਦਾਰ ਬੰਦੇ ਹੁਣ ਮੈਂ ਦੱਸੋ ਨਾ ਉਹਦੇ ਵਿੱਚ ਬੱਚੀ ਇੱਕ ਜਿਹੜੀ ਬਿਲਕੁਲ ਜੈਨੂਇਨ ਮਤਲਬ ਜੰਮੀ ਹੁੰਦੀਆਂ ਦਬਾ ਦੇ ਮੋਹਣੀ ਹੁੰਦੀਆਂ ਬਿਲਕੁਲ ਉਹਨਾਂ ਨੂੰ ਬਚਪਨ ਜ਼ੀਰੋ ਸਾਈਜ਼ ਦੇ ਮਟੀਲਾ ਡੈਰੀ ਫਾਰਮ ਇੰਜੀ ਗੱਲ ਜੀ ਜੈਨੂਇਨ ਜਰਸੀ ਜੀ ਜੈਨੂਇਨ ਦੋਸਤ ਜੀ ਜਰਸੀ ਮਾਸ਼ਾਅੱਲਾ ਰੈਡ ਦੇ ਵਿੱਚ ਜਰਸੀ ਮਟੀਲਾ ਵੀ ਚੈੱਕ ਕਰਾਵਾਂਗੇ ਇੱਕ ਇੱਕ ਬਰੀਡ ਤੇ ਫੋਕਸ ਕਰਨਾ ਸਾਰੇ ਜਾਨਵਰ ਇਨਸ਼ਾਅੱਲਾ ਤਸੱਲੀ ਨਾਲ ਬਾਈ ਨੂੰ ਚੈੱਕ ਕਰਾ ਸਾਂ ਇਹ ਵੀ ਦੋਸਤੋ ਜੀ ਇੱਕ ਦਾਣਾ ਜਾ ਰਿਹਾ ਸਕਰੀਨ ਤੇ ਪਿਓਰ ਹੋਲਸਟੇਨ ਫ੍ਰੀਜ਼ੀਅਨ ਦਾ ਮਾਸ਼ਾਅੱਲਾ ਕੱਦ ਬੋਤਲ ਲਈ ਹਾਈਟ ਲਈ ਵੇਟ ਲਈ ਔਰ ਖਿਲਿਆਂ ਦੀ ਵੀ ਗਰੰਟੀ ਹੈ ਲਿਆਕਤ ਬਾਈ ਜੀ ਜੀ ਬੱਚੀ ਬੁੱਚੀ ਵਾਲੇ ਚੱਕਰ ਦੀ ਗਰੰਟੀ ਨਾ ਜੀ ਨਾ ਅੱਛਾ ਕਿਸੇ ਨਾਲ ਕੋਈ ਬੱਚੀ ਨਹੀਂ ਜੀ ਇਹ ਪੂਰੇ ਡਾਕਟਰ ਸਾਹਿਬ ਸਾਡਾ ਜਿਹੜਾ ਹੈ ਉਹ ਨਾਲ ਸਨ ਅੱਛਾ ਅਸੀਂ ਖੁਦ ਮਤਲਬ ਮਾਸ਼ਾਅੱਲਾ ਇਸ ਉਮਰ ਇਸ ਉਮਰ ਗੁਜ਼ਾਰੀ ਖੜੇ ਆ ਜੀ ਜੀ ਚੈੱਕ ਕਰੋ ਜੀ ਗੁੱਲੇ ਠੀਕ ਹੈ ਤੇ ਇਹਨਾਂ ਦੀ ਬਰੀਡ ਚੈੱਕ ਕਰੋ ਖਿਲਾ ਚੈੱਕ ਕਰੋ ਜੀ ਚੈੱਕ ਕਰੋ ਕੰਨ ਵੇਖੋ ਛੋਟੇ ਛੋਟੇ ਸੱਲੀ ਨਾਲ ਵੇਖ ਲਓ ਮਾਸ਼ਾਅੱਲਾ ਦੋਸਤੋ ਜੀ ਖਿਲਿਆਂ ਦੀ ਬਾਈ ਆ ਦੇ ਪੈਨ ਸਾਡੀ ਗਰੰਟੀ ਹੈ ਅੱਛਾ ਦੋ ਤਿੰਨ ਗੱਲਾਂ ਜਿਹੜੀਆਂ ਨੇ ਬੜੀਆਂ ਜ਼ਰੂਰੀ ਜਿਹੜੀਆਂ ਅਕਸਰ ਜਗ੍ਹਾ ਤੇ ਨਹੀਂ ਵੀ ਦੱਸੀਆਂ ਪੈਂਦੀਆਂ ਉਹ ਬਾਈ ਲਿਆਕਤ ਕਲੀਅਰ ਕੀਤੀਆਂ ਨੇ ਕਿ ਬੱਚੀਆਂ ਦੇ ਵਿੱਚ ਮਤਲਬ ਕੋਈ ਪੀਸ ਐਸੇ ਵੀ ਹਨ ਜਿਨ੍ਹਾਂ ਦੀ ਜਨਾਬ ਬਾਅਦ ਜਿਹੜੀ ਅਰਨਿੰਗ ਹੋਈ ਹੈ ਨਜ਼ਰ ਆ ਰਹੀ ਹੈ ਜੀ ਬਿਲਕੁਲ ਜੀ ਇਹ ਜੈਨੂਇਨ ਮਾਸ਼ਾਅੱਲਾ ਦਾਣਾ ਹੈ ਅਗਲਾ ਜੈਨੂਇਨ ਵੇਖੋ ਇਹ ਵੀ ਜੈਨੂਇਨ ਹੈ ਮਾਸ਼ਾਅੱਲਾ ਕੁਝ ਪੀਸ ਹੈ ਜੀ ਬਿਲਕੁਲ ਜੀ ਇਹ ਪਾਣੀ ਪੀ ਰਹੀ ਇਹ ਵੀ ਜੈਨੂਇਨ ਹੈ ਮਾਸ਼ਾਅੱਲਾ ਸਾਰੀਆਂ ਤਕਰੀਬਨ ਉਹ ਤੁਹਾਡੇ ਦੀ ਗੱਲ ਨਹੀਂ ਸਵਾਦ ਤਾਂ ਉਸੇ ਨੇ ਤੇ ਹੋਰ ਥੋੜਾ ਜਗ੍ਹਾ ਵਿਖਾਓ ਮੈਂ ਵਿਖਾਵਾਂਗਾ ਆ ਤਾਜ ਚੈੱਕ ਕਰੋ ਇਹ ਤਾਂ ਮਾਸ਼ਾਅੱਲਾ ਬਰਾਵਨ ਨਹੀਂ ਪਤਾ ਤਾਜ ਵੇਖੋ ਮਾਸ਼ਾਅੱਲਾ ਇਹ ਪਰਲੀ ਜਿਹੜੀ ਖੁੱਲੀ ਚੜੀ ਖੜੀ ਤਾਂ ਤਾਜ ਪਿਓਰ ਐਚ ਐਫ ਮਾਸ਼ਾਅੱਲਾ ਚੈੱਕ ਕਰੋ ਜੀ ਦਾਣੇ ਦੋਸਤੋ ਜੀ ਇਹ ਇੰਜੋਏ ਕਰ ਰਹੀ ਤੇ ਚੜੀ ਹੋਈ ਹੈ ਤੇ ਐਕਟਿਵ ਜਾਨਵਰ ਬਾਕੀ ਵੈਕਸੀਨ ਵਗੈਰਾ ਓਕੇ ਸਭ ਸਭ ਓਕੇ ਠੀਕ ਹੈ ਦੋਸਤੋ ਜੀ ਇਹ ਟੈਗ ਕੋਲ ਸ਼ੁਰੂ ਹੁੰਦੀਆਂ ਨੇ ਮੈਂ ਦੱਸ ਦੇਣਾ ਭਾਈਆਂ ਨੂੰ ਇਹ 801 ਕੋਲ ਸ਼ੁਰੂ ਹੁੰਦੀਆਂ ਨੇ ਇਹ ਸਕਰੀਨ ਤੇ ਦਾਣਾ 813 ਨੰਬਰ ਟੈਗ ਠੀਕ ਹੋ ਗਿਆ ਇਹ ਦਾਣਾ ਪਸੰਦ ਆਂਦਾ ਭਾਈ ਜਾਨ ਜੀ ਭਾਈ ਰਮਜ਼ਾਨ ਜੀ ਜੀ 804 ਲੋਕਾਂ ਦੀ ਫਰਮਾਇਸ਼ ਵੀ ਹੈ ਸਾਡੀ ਸੀਰੀਅਲ ਵਿੱਚ ਵੀ ਆ ਗਿਆ ਅੱਛਾ ਜੀ ਪੈਦੀ ਨੰਬਰ 804 ਲੋਕਾਂ ਦੀ ਫਰਮਾਇਸ਼ ਹੈ ਪੈਦੀ ਨੰਬਰ 804 ਇਹ ਸਾਡੀ ਸੀਰੀਅਲ ਵਿੱਚ ਆ ਗਿਆ ਮਾਸ਼ਾਅੱਲਾ ਦੋ ਜੀ 804 ਵੀ ਬੜੀ ਬੱਚੀ ਦੀ ਹਾਈਟ ਵੇਖੋ ਮਾਸ਼ਾਅੱਲਾ ਉਹਨੇ ਚੈੱਕ ਕਰੋ ਜੀ ਬਿਲਕੁਲ ਇਹ ਵੀ ਮੌਜੂਦ ਹੈ ਉਸ ਤੋਂ ਇਲਾਵਾ ਜਨਾਬ ਇਹ ਤੁਹਾਡੇ ਵਾਸਤੇ ਸਕਰੀਨ ਤੇ ਜਨਾਬ ਇੱਕ ਦਾਣਾ ਤਸੱਲੀ ਨਾਲ ਜੀ ਬਿਲਕੁਲ ਡੈਰੀ ਫਾਰਮ ਤੋਂ ਆਈ ਹੈ ਠੀਕ ਹੈ ਉਹਨਾਂ ਦਾ ਟੈਗ ਵੀ ਨਾਲ ਖੜਾ ਹੈ ਠੀਕ ਹੈ ਸਾਡਾ ਆਪਣਾ ਵੀ ਮਟੀਲਾ ਡੈਰੀ ਫਾਰਮ 815 ਠੀਕ ਹੈ ਅਕਸਾੜਾ ਦਾ ਆਪਣਾ ਟੈਗ ਠੀਕ ਹੋ ਗਿਆ ਅਕਸਾ ਡੈਰੀ ਫਾਰਮ ਤੋਂ ਆਈ ਹੈ ਮਾਸ਼ਾਅੱਲਾ ਤੇ ਉਸ ਤੋਂ ਬਾਅਦ ਦੋਸਤੋ ਜੀ ਇਹ 808 MDF ਇਹ ਸਕਰੀਨ ਤੇ ਚੈੱਕ ਕਰ ਲਓ ਤੇ ਇਹ ਜਨਾਬ ਇੱਕ ਦਾਣਾ ਤੁਹਾਡੇ ਵਾਸਤੇ ਸਾਹਮਣੇ ਸਕਰੀਨ ਤੇ ਹੋਲੀ ਸਕਰੀਨ ਫ੍ਰੀਜ ਜਾਂਦਾ 801 ਨੰਬਰ ਇਹ ਸਾਹਮਣੇ ਬੱਚੀ ਕੋਲ ਦੋਸਤੋ ਜੀ 800 ਤੇ ਗਲਬਨ 10 ਨੰਬਰ ਕੰਨ ਨੂੰ ਖਲੈਂਦੀ ਪਈ ਹੈ 810 ਤੇ ਜਰਸੀ ਦਾ ਕੇਵ ਹੈ ਜੀ ਜਰਸੀ ਉਸ ਤੋਂ ਬਾਅਦ 813 ਇੱਕ ਇੱਕ ਬਰੀਡ ਤੇ ਫੋਕਸ ਕਰਨਾ ਜਾਨਵਰ ਮੌਕੇ ਤੇ ਆਓ ਸਭ ਤੋਂ ਜ਼ਿਆਦਾ ਬਿਹਤਰ 812 ਜਰਸੀ ਜੀ 812 ਦੋਸਤੋ ਜੀ 812 ਦੇ ਵਿੱਚ ਹੈ ਸਕਰੀਨਸ਼ਾਟ ਭੇਜੋ ਲਿਆਕਤ ਬਾਈ ਨੂੰ ਤੇ ਨਾਲ ਬਾਈ ਸਾਡੇ ਹੋਰ ਵੀ ਆਏ ਨੇ ਭਾਈ ਮੁਨੀਰ ਜਾਂ ਮੁਨੀਰ ਬਾਈ ਜਾਂ ਉਸ ਤੋਂ ਇਲਾਵਾ ਜਨਾਬ ਤੁਸਾਂ ਜਨਾਬ ਖੁਦ ਚੱਕਰ ਲਾ ਲਓ 806 ਨੰਬਰ ਜਨਾਬ ਇਹ ਸਕਰੀਨ ਤੇ ਉਸ ਤੋਂ ਬਾਅਦ ਚੈੱਕ ਕਰੋ 811 ਨੰਬਰ ਮਾਸ਼ਾਅੱਲਾ ਦਾਣੇ ਦੋਸਤੋ ਜੀ ਬੜੇ ਖੂਬਸੂਰਤ 806 ਬਾਈ 806 ਨੰਬਰ ਠੀਕ ਹੋ ਗਿਆ 16 ਬੱਚੀਆਂ ਦੀ ਲਾਟ ਜੀ 804 ਫਿਰ ਆ ਗਈ ਸਕਰੀਨ ਤੇ 802 ਹੋ ਗਈ
ਉਸ ਤੋਂ ਇਲਾਵਾ ਜਨਾਬ ਉੱਤੇ ਖਲੋਤੀ ਹੈ ਸ਼ੁਰੂ ਹੋਈ ਜੀ 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 ਬਿਲਕੁਲ ਬੜਾ ਤਸੱਲੀ ਨਾਲ ਜਾਨਵਰ ਚੈੱਕ ਕਰਾ ਦਿੰਦੇ ਸਾਰੇ ਜਾਨਵਰ ਤਸੱਲੀਆਂ ਬਿਨਾ ਕਰਨ ਜੀ ਬਿਲਕੁਲ ਆਪਣੇ ਮਟੀਲਾ ਡੇਰੀ ਫਾਰਮ ਤੇ ਖਾਲੀ ਗਾਵਾਂ ਦਾ ਸ਼ੌਕ ਨਹੀਂ ਜੀ ਇਹਦੇ ਉੱਥੋਂ ਮੋਰਨਾ ਘੋੜੇ ਦਾ ਸ਼ੌਕ ਕਰਾਂ ਅੱਛਾ ਗੇਟ ਖੋਲ ਬੱਚੂ ਮਾਸ਼ਾਅੱਲਾ ਮਾਸ਼ਾਅੱਲਾ ਦੋਦਾ ਜੀ ਹੋਰ ਵੀ ਬੱਚੀਆਂ ਵੀ ਚੈੱਕ ਕਰਵਾਈਆਂ ਨਾਲ ਜਨਾਬ ਮੋਰਨਾ ਨਸਲ ਹੈ ਜੰਗ ਦੇ ਵਿੱਚ ਮੇਰੇ ਪੀਰ ਹੈ ਉਹਨਾਂ ਦੀ ਨਸਲ ਹੈ ਮੋਰਨਾ ਘੋੜਿਆਂ ਦੀ ਠੀਕ ਹੈ ਤੇ ਇਹ ਤੁਹਾਨੂੰ ਸ਼ੌਕ ਕਰਾ ਰਹੇ ਹਾਂ ਬੱਚੇ ਦੀ ਉਮਰ ਜਿਹੜੀ ਹੈ ਉਹ 21 ਮਾਹ ਹੈ ਅੱਛਾ ਤੇ ਬਿਲਕੁਲ ਯੰਗ ਹੈ ਠੀਕ ਹੈ ਮੁਸ਼ਕਾ ਰੰਗ ਹੈ ਵਾਹ ਜੀ ਵਾਹ ਚਵਾਂ ਪੈਰਾਂ ਵਿੱਚ ਟੁੱਟ ਇੱਕ ਪੈਰ ਧੋਤੋ ਐਸ ਠੀਕ ਹੈ ਬਿਲਕੁਲ ਅਜੇ ਕਿਸੇ ਸ਼ੌਕ ਤੇ ਲਾਇਆ ਨਹੀਂ ਚਿੱਟਾ ਇਹ ਲਾਇਆ ਇਹਨੂੰ ਅਸੀਂ ਨਾ ਥੋੜਾ ਜਿਹਾ ਭਾਈ ਜਾਨੀ ਇਹਨੂੰ ਅਸੀਂ ਰਮਜ਼ਾਨ ਜੀ ਇਹ ਡਾਂਸਰ ਘੋੜਾ ਅੱਛਾ ਮਾਸ਼ਾਅੱਲਾ ਕੋਈ ਬਿਰਾ ਸ਼ੌਕ ਇਹ ਕਰਨਾ ਚਾਹੇ ਲੈ ਦੇ ਦੇ ਸੋ ਮੈਂ ਨਾ ਹੰਜੇ ਦੇ ਛੜਨਾ ਅੱਛਾ ਘੋੜਿਆਂ ਦੀ ਕੀਮਤ ਹੈ 20 ਤੋਂ 25 ਲੱਖ ਜੀ ਆ ਜਿਹੜਾ ਘੱਟ ਤੋਂ ਘੱਟ ਉਹਦੀ 20 ਲੱਖ ਠੀਕ ਹੈ ਇਹਦੀ 6 ਲੱਖ ਛੜਾ ਡਿਮਾਂਡ ਜ਼ਿੰਦਾਬਾਦ ਜੀ ਜ਼ਿੰਦਾਬਾਦ ਮਾਸ਼ਾਅੱਲਾ ਦੋਦਾ ਜੀ ਨਾਲ ਮੋਰਨਾ ਨਸਲ ਹੈ ਜਿਹੜਾ ਅੱਛਾ ਇਹ ਤਾਂ ਹੁੰਦਾ ਕੋਈ ਖੀਰਾ ਦੁੰਦਾ ਯਕੀ ਸਾਹਿਬ ਨਹੀਂ ਇਹ ਹੁੰਦੇ ਦੁਆਕ ਦੁਆਕ ਦੁੰਦੇ ਦੁਆਕ ਸੱਦਨ ਅੱਛਾ ਇਹ ਅਜੇ ਤੱਕ ਕੋਈ ਨਹੀਂ ਦੁਆਕ ਠੀਕ ਹੈ ਬਿਲਕੁਲ ਵੇਖੋ ਨਾ ਉਹ 2 ਸਾਲ ਤੋਂ ਬਾਅਦ ਹੋਏਗਾ 2 ਸਾਲ ਤੋਂ ਬਾਅਦ ਦੋਦਾ ਜੀ ਐਵੇਂ ਵੀ 2 ਸਾਲ ਤੋਂ ਬਾਅਦ ਮਾਸ਼ਾਅੱਲਾ ਵਾਹ ਜੀ ਦੁਆਕ ਸੱਦਨ ਮਤਲਬ ਇਹ ਫਿਲਹਾਲ ਸਰਲ ਹੈ ਮਤਲਬ ਇਹ ਬਟੀਲਾ ਹਰਲ ਡੈਰੀ ਫਾਰਮ ਜੀ ਮੈਂ ਨਾ ਹਰਲ ਡੈਰੀ ਫਾਰਮ ਤੋਂ ਤੁਹਾਡੀ ਹਰ ਡਿਮਾਂਡ ਪੂਰੀ ਹਰ ਡਿਮਾਂਡ ਅੱਜ ਮੈਂ ਨਾ ਤੁਸਾਂ ਕੋਕੇ ਕੱਢ ਦਿੱਤੇ ਨੇ ਪਹਿਲੀ ਵੀਡੀਓ ਚ ਉਹ ਧਮਾਕੇ ਮਾਰ ਦਿੱਤੇ ਨੇ ਵਿੱਚ ਜਨਾਬ ਚੈੱਕ ਕਰਾ ਦਿੱਤਾ ਨੇ ਮਾਸ਼ਾਅੱਲਾ ਘੋੜਾ ਵੀ ਤੇ ਇਸ ਨਾਲ ਤਸਵੀਰ ਵੀ ਲਿਖਾਂ ਇਹਨੇ ਕਲਰ ਸੀ ਬੱਚੀਆਂ ਵੀ ਦੋਸਤਾਂ ਦੇ ਮੌਜੂਦ ਹਨ ਬਹੁਤ ਅੱਛੀ ਫਨ ਮੈਂ ਨਾ ਆਪਣੇ ਦੋਸਤਾਂ ਦੀ ਹਰ ਸ਼ੌਕ ਪੂਰੀ ਹਰ ਸ਼ੌਕ ਪੂਰਾ ਦੋਸਤੋ ਜੀ ਆਲ ਰਾਉਂਡਰ ਫਾਰਮ ਮਾਸ਼ਾਅੱਲਾ ਚੈੱਕ ਕਰਵਾਇਆ ਤੇ ਰੇਟ ਕਿਵੇਂ ਲੱਗੇ ਜ਼ਰੂਰ ਦੱਸਣਾ 1,50,000 ਕੋਲੋਂ ਜੀ ਆ ਮੇਰਾ ਦਿਲ ਆਇ ਕੋਈ ਕੋਸ਼ਿਸ਼ ਕਰਵਾ 1,45 ਕੋ ਸਟਾਰਟਿੰਗ ਦੇਵਾ ਮੈਂ ਨਾ ਜੀ ਤੁਹਾਡੀ ਫਰਮਾਇਸ਼ ਤੇ ਤੇ ਦੋਸਤਾਂ ਦੀ ਫਰਮਾਇਸ਼ ਤੇ ਸ਼ੌਕ ਤੁਹਾਨੂੰ ਕਰਾ ਦਿੱਤਾ 1,45,000 ਤੋਂ ਸਟਾਰਟ ਕਰਦੇ ਜ਼ਿੰਦਾਬਾਦ ਜੀ ਮਾਸ਼ਾਅੱਲਾ ਦੋਸਤੋ ਜੀ 1,45,000 ਕੋਲ ਸਟਾਰਟਿੰਗ ਤੇ ਸਕਰੀਨਸ਼ਾਟ ਲੈ ਕੇ ਰابطਾ ਕਰ ਸਕਦੇ ਹੋ ਅੱਜ ਦੀ ਵੀਡੀਓ ਕੈਸੀ ਲੱਗੀ ਰੇਟ ਕੈਸੇ ਲੱਗੇ ਤੇ ਘੋੜਾ ਕੈਸਾ ਲੱਗਾ ਜ਼ਰੂਰ ਦੱਸਣਾ ਲਖਤ ਭਾਈ ਪਾਕਿਸਤਾਨ ਜ਼ਿੰਦਾਬਾਦ।